ਇਹ ਸਾਡੀਆਂ ਹੀ ਤਾਰਾਂ ਸਾਡਾ ਹੀ ਇੰਸਟਰੂਮੈਂਟ ਪੱਟ ਕੇ ਸਾਰਾ ਸਮਾਨ ਆਪਣਾ ਸਿਸਟਮ ਚਲਾ ਰਹੇ ਨੇ। ਆਪਣਾ ਇੱਕ ਰੁਪਈਆ ਵੀ ਇਹਨਾਂ ਦੀ ਜੇਬ 'ਚੋਂ ਨਹੀਂ ਲੱਗ ਰਿਹਾ, ਸਾਡੀ ਤਾਰ ਕੱਟਦੇ ਨੇ ਅਤੇ ਆਪਣਾ ਜੋੜ ਕੇ ਡੱਬਾ ਉਹ ਜਾਂਦੇ ਨੇ ਉਹ ਜਾਂਦੇ ਨੇ ਅਤੇ ਸਾਡਾ ਸਮਾਨ ਲੱਗਦਾ ਵੀ ਹੈ ਜਿਹੜਾ ਸਾਡਾ ਚੱਲ ਰਿਹਾ, ਉਲਟਾ ਚੋਰੀ ਕਰਕੇ ਜਮ੍ਹਾਂ ਕਰੀ ਜਾਂਦੇ ਨੇ ਅਤੇ ਉਹਨੂੰ ਵੇਚੀ ਵੀ ਜਾਂਦੇ ਨੇ। ਅਸੀਂ ਇਹ ਚਾਹੁੰਦੇ ਹਾਂ, ਅਸੀਂ ਫਿਰ ਵੀ ਇਸ ਚੀਜ਼ ਦਾ ਬੜੇ ਉਹਦੇ ਨਾਲ ਲੜਾਈ ਲੜ ਰਹੇ ਹਾਂ ਅਤੇ ਅਸੀਂ ਜਿੱਤਾਂਗੇ, ਕਿਉਂਕਿ ਇਹ ਜੋ ਚੱਲ ਰਹੀ ਹੈ ਝੂਠੀ ਕੰਪਨੀ ਹੈ, ਇਹਦੇ ਪੱਲੇ ਕੁਝ ਨਹੀਂ ਹੈ। ਇਹ ਸਾਡੀਆਂ ਹੀ ਤਾਰਾਂ ਸਾਡਾ ਹੀ ਇੰਸਟਰੂਮੈਂਟ ਪੱਟ ਕੇ ਸਾਰਾ ਸਮਾਨ ਆਪਣਾ ਸਿਸਟਮ ਚਲਾ ਰਹੇ ਨੇ। ਆਪਣਾ ਇੱਕ ਰੁਪਈਆ ਵੀ ਇਹਨਾਂ ਦੀ ਜੇਬ 'ਚੋਂ ਨਹੀਂ ਲੱਗ ਰਿਹਾ, ਸਾਡੀ ਤਾਰ ਕੱਟਦੇ ਨੇ ਅਤੇ ਆਪਣਾ ਜੋੜ ਕੇ ਡੱਬਾ ਉਹ ਜਾਂਦੇ ਨੇ ਉਹ ਜਾਂਦੇ ਨੇ। ਸੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ 'ਤੇ ਨੱਥ ਪਾਉਣ ਅਤੇ ਸਾਡਾ ਸਮਾਨ ਲੱਗਦਾ ਵੀ ਹੈ ਜਿਹੜਾ ਸਾਡਾ ਚੱਲ ਰਿਹਾ, ਉਲਟਾ ਚੋਰੀ ਕਰਕੇ ਜਮ੍ਹਾਂ ਕਰੀ ਜਾਂਦੇ ਨੇ ਅਤੇ ਉਹਨੂੰ ਵੇਚੀ ਵੀ ਜਾਂਦੇ ਨੇ। ਸੋ ਇਹ ਜਿਹੜੇ ਬੰਦਿਆਂ ਤੋਂ ਬਚਾਇਆ ਜਾਵੇ ਆਪਰੇਟਰਾਂ ਨੂੰ, ਗਰੀਬ ਆਪਰੇਟਰ ਨੇ ਵਿਚਾਰੇ ਅਤੇ ਮਸਾਂ ਇਹ 30-30 ਸਾਲ ਤੋਂ 25-25 ਸਾਲ ਤੋਂ ਆਪਣਾ ਕੰਮ ਖੜ੍ਹਾ ਕਰਿਆ ਇਹਨਾਂ ਨੇ। ਸੋ ਸਰਕਾਰ ਨੂੰ ਇਹ ਸਾਰਾ ਕੁਝ ਦਿਖਦੇ ਹੋਏ, ਪ੍ਰਸ਼ਾਸਨ ਨੂੰ ਦਿਖਦੇ ਹੋਏ ਇਹਦੀ ਅਣਗੌਲੀ ਕੀਤੀ ਜਾ ਰਹੀ ਹੈ, ਨਾ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਕਿਰਪਾ ਕਰਕੇ ਸਰਕਾਰ ਨੂੰ ਅਪੀਲ ਕਰਦੇ ਹਾਂ ਅਤੇ SSP ਸਾਹਿਬ ਨੂੰ ਇਹਦਾ ਧਿਆਨ ਦਿਓ ਅਤੇ ਇਹ ਗੁੰਡਾ ਅਨਸਰਾਂ 'ਤੇ ਪਟਾ ਪਾਓ। ਅਸੀਂ ਇਹ ਚਾਹੁੰਦੇ ਹਾਂ, ਅਸੀਂ ਫਿਰ ਵੀ ਇਸ ਚੀਜ਼ ਦਾ ਬੜੇ ਉਹਦੇ ਨਾਲ ਲੜਾਈ ਲੜ ਰਹੇ ਹਾਂ ਅਤੇ ਅਸੀਂ ਜਿੱਤਾਂਗੇ, ਕਿਉਂਕਿ ਇਹ ਜੋ ਚੱਲ ਰਹੀ ਹੈ ਝੂਠੀ ਕੰਪਨੀ ਹੈ, ਇਹਦੇ ਪੱਲੇ ਕੁਝ ਨਹੀਂ ਹੈ। ਇਹ ਸਾਡੀਆਂ ਹੀ ਤਾਰਾਂ ਸਾਡਾ ਹੀ ਇੰਸਟਰੂਮੈਂਟ ਪੱਟ ਕੇ ਸਾਰਾ ਸਮਾਨ ਆਪਣਾ ਸਿਸਟਮ ਚਲਾ ਰਹੇ ਨੇ। ਆਪਣਾ ਇੱਕ ਰੁਪਈਆ ਵੀ ਇਹਨਾਂ ਦੀ ਜੇਬ 'ਚੋਂ ਨਹੀਂ ਲੱਗ ਰਿਹਾ, ਸਾਡੀ ਤਾਰ ਕੱਟਦੇ ਨੇ ਅਤੇ ਆਪਣਾ ਜੋੜ ਕੇ ਡੱਬਾ ਉਹ ਜਾਂਦੇ ਨੇ ਉਹ ਜਾਂਦੇ ਨੇ। ਸੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ 'ਤੇ ਨੱਥ ਪਾਉਣ ਅਤੇ ਸਾਡਾ ਸਮਾਨ ਲੱਗਦਾ ਵੀ ਹੈ ਜਿਹੜਾ ਸਾਡਾ ਚੱਲ ਰਿਹਾ, ਉਲਟਾ ਚੋਰੀ ਕਰਕੇ ਜਮ੍ਹਾਂ ਕਰੀ ਜਾਂਦੇ ਨੇ ਅਤੇ ਉਹਨੂੰ ਵੇਚੀ ਵੀ ਜਾਂਦੇ ਨੇ। ਸੋ ਇਹ ਜਿਹੜੇ ਬੰਦਿਆਂ ਤੋਂ ਬਚਾਇਆ ਜਾਵੇ ਆਪਰੇਟਰਾਂ ਨੂੰ, ਗਰੀਬ ਆਪਰੇਟਰ ਨੇ ਵਿਚਾਰੇ ਅਤੇ ਮਸਾਂ ਇਹ 30-30 ਸਾਲ ਤੋਂ 25-25 ਸਾਲ ਤੋਂ ਆਪਣਾ ਕੰਮ ਖੜ੍ਹਾ ਕਰਿਆ ਇਹਨਾਂ ਨੇ। ਸੋ ਸਰਕਾਰ ਨੂੰ ਇਹ ਸਾਰਾ ਕੁਝ ਦਿਖਦੇ ਹੋਏ, ਪ੍ਰਸ਼ਾਸਨ ਨੂੰ ਦਿਖਦੇ ਹੋਏ ਇਹਦੀ ਅਣਗੌਲੀ ਕੀਤੀ ਜਾ ਰਹੀ ਹੈ, ਨਾ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਕਿਰਪਾ ਕਰਕੇ ਸਰਕਾਰ ਨੂੰ ਅਪੀਲ ਕਰਦੇ ਹਾਂ ਅਤੇ SSP ਸਾਹਿਬ ਨੂੰ ਇਹਦਾ ਧਿਆਨ ਦਿਓ ਅਤੇ ਇਹ ਗੁੰਡਾ ਅਨਸਰਾਂ 'ਤੇ ਪਟਾ ਪਾਓ। ਅਸੀਂ ਇਹ ਚਾਹੁੰਦੇ ਹਾਂ, ਅਸੀਂ ਫਿਰ ਵੀ ਇਸ ਚੀਜ਼ ਦਾ ਬੜੇ ਉਹਦੇ ਨਾਲ ਲੜਾਈ ਲੜ ਰਹੇ ਹਾਂ ਅਤੇ ਅਸੀਂ ਜਿੱਤਾਂਗੇ, ਕਿਉਂਕਿ ਇਹ ਜੋ ਚੱਲ ਰਹੀ ਹੈ ਝੂਠੀ ਕੰਪਨੀ ਹੈ, ਇਹਦੇ ਪੱਲੇ ਕੁਝ ਨਹੀਂ ਹੈ। ਇਹ ਸਾਡੀਆਂ ਹੀ ਤਾਰਾਂ ਸਾਡਾ ਹੀ ਇੰਸਟਰੂਮੈਂਟ ਪੱਟ ਕੇ ਸਾਰਾ ਸਮਾਨ ਆਪਣਾ ਸਿਸਟਮ ਚਲਾ ਰਹੇ ਨੇ। ਆਪਣਾ ਇੱਕ ਰੁਪਈਆ ਵੀ ਇਹਨਾਂ ਦੀ ਜੇਬ 'ਚੋਂ ਨਹੀਂ ਲੱਗ ਰਿਹਾ, ਸਾਡੀ ਤਾਰ ਕੱਟਦੇ ਨੇ ਅਤੇ ਆਪਣਾ ਜੋੜ ਕੇ ਡੱਬਾ ਉਹ ਜਾਂਦੇ ਨੇ ਉਹ ਜਾਂਦੇ ਨੇ। ਸੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ 'ਤੇ ਨੱਥ ਪਾਉਣ ਅਤੇ ਸਾਡਾ ਸਮਾਨ ਲੱਗਦਾ ਵੀ ਹੈ ਜਿਹੜਾ ਸਾਡਾ ਚੱਲ ਰਿਹਾ, ਉਲਟਾ ਚੋਰੀ ਕਰਕੇ ਜਮ੍ਹਾਂ ਕਰੀ ਜਾਂਦੇ ਨੇ ਅਤੇ ਉਹਨੂੰ ਵੇਚੀ ਵੀ ਜਾਂਦੇ ਨੇ। ਸੋ ਇਹ ਜਿਹੜੇ ਬੰਦਿਆਂ ਤੋਂ ਬਚਾਇਆ ਜਾਵੇ ਆਪਰੇਟਰਾਂ ਨੂੰ, ਗਰੀਬ ਆਪਰੇਟਰ ਨੇ ਵਿਚਾਰੇ ਅਤੇ ਮਸਾਂ ਇਹ 30-30 ਸਾਲ ਤੋਂ 25-25 ਸਾਲ ਤੋਂ ਆਪਣਾ ਕੰਮ ਖੜ੍ਹਾ ਕਰਿਆ ਇਹਨਾਂ ਨੇ। ਸੋ ਸਰਕਾਰ ਨੂੰ ਇਹ ਸਾਰਾ ਕੁਝ ਦਿਖਦੇ ਹੋਏ, ਪ੍ਰਸ਼ਾਸਨ ਨੂੰ ਦਿਖਦੇ ਹੋਏ ਇਹਦੀ ਅਣਗੌਲੀ ਕੀਤੀ ਜਾ ਰਹੀ ਹੈ, ਨਾ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਕਿਰਪਾ ਕਰਕੇ ਸਰਕਾਰ ਨੂੰ ਅਪੀਲ ਕਰਦੇ ਹਾਂ ਅਤੇ SSP ਸਾਹਿਬ ਨੂੰ ਇਹਦਾ ਧਿਆਨ ਦਿਓ ਅਤੇ ਇਹ ਗੁੰਡਾ ਅਨਸਰਾਂ 'ਤੇ ਪਟਾ ਪਾਓ।